ਮੈਂ ਜੀ ਇਹ ਚਾਹੁੰਦਾ ਹੈਗਾ ਕਿ ਜਿਵੇਂ ਅਸੀਂ ਬਾਬਾ ਜੀ ਮਹਾਰਾਜਾ ਰਣਜੀਤ ਸਿੰਘ ਜੀ ਦਾ ਇੱਥੇ ਲਗਾਇਆ ਹੈਗਾ ਸਟੈਚੂ ਜਨਰਲ ਅਲਾਰਡ ਨਾਲ, ਅਸੀਂ ਚਾਹੁੰਦੇ ਹੈਗੇ ਕਿ ਇੱਥੇ ਜਨਰਲ ਸ਼ਾਮ ਸਿੰਘ ਅਟਾਰੀ ਵਾਲਾ ਦਾ ਵੀ ਸਟੈਚੂ ਲੱਗਣਾ ਚਾਹੀਦਾ ਹੈ ਔਰ ਹਰੀ ਸਿੰਘ ਨਲਵਾ ਦਾ ਵੀ। ਤੇ ਮੈਂ ਬੇਨਤੀ ਕਰਾਂਗਾ ਆਪਣਾ ਫ੍ਰੈਂਚ ਗਵਰਨਮੈਂਟ ਨਾਲ ਵੀ ਤੇ ਇੰਡੀਅਨ ਗਵਰਨਮੈਂਟ ਨਾਲ ਵੀ, ਜਦ ਮੈਂ ਵਾਪਸ ਜਾਣਾ ਹੈ ਤੇ ਅਸੀਂ ਆਪਣੇ ਖਰਚੇ ਦੇ ਉੱਤੇ ਵੀ ਜੋ ਬੁੱਤ ਦੀ ਕੋਸਟ ਹੋਊਗੀ ਉਹ ਅਸੀਂ ਇੱਥੇ ਕਰਾਂਗੇ। ਸੋ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਜਿਨ੍ਹਾਂ ਨੇ ਦੱਸਿਆ ਕਿ ਇੱਥੇ ਇਹ ਹਰੀ ਸਿੰਘ ਨਲਵੇ ਦਾ ਅਤੇ ਸ਼ਾਮ ਸਿੰਘ ਅਟਾਰੀ ਦਾ ਬੁੱਤ ਲੱਗਣਾ ਚਾਹੀਦਾ। ਅਸੀਂ ਉਹਦੇ ਵਿੱਚ ਪੂਰਾ ਸਹਿਯੋਗ ਫਰਾਂਸ ਦੇ ਸਿੱਖਾਂ ਵੱਲੋਂ ਜਿਸ ਤਰ੍ਹਾਂ ਦਿੱਤਾ ਗਿਆ ਹੈ, ਆਉਣ ਵਾਲੇ ਸਮੇਂ ਵਿੱਚ ਇਹਨਾਂ ਦੇ ਨਾਲ ਪੂਰਾ ਮੋਢਾ ਮੋਢਾ ਲਾ ਕੇ ਅਸੀਂ ਉਸ ਨੂੰ ਵੀ ਬੇਨਤੀ ਕੋਸ਼ਿਸ਼ ਕਰਾਂਗੇ ਕਿ ਉਹ ਬੁੱਤ ਜਿਹੜੇ ਨੇ ਇਸ ਜਗ੍ਹਾ ਦੇ ਉੱਤੇ ਸਥਾਪਿਤ ਕੀਤੇ ਜਾਣ। ਸੋ ਬਹੁਤ ਵਧੀਆ ਇਹਨਾਂ ਦਾ ਪ੍ਰਾਲਾ ਹੈ, ਇਹਨਾਂ ਨੇ ਜੋ ਕਿਹਾ ਕਿ ਸਾਰੀ ਜਿਹੜੀ ਕੋਸ਼ਿਸ਼ ਹੋਈ ਇਹਨਾਂ ਨੂੰ ਦਿੱਤੀ ਜਾਏਗੀ। ਸੋ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦੀ ਕਰਦੇ ਹਾਂ। ਸੋ ਮੇਰੇ ਨਾਲ ਹਨ